ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਸ ਵਿੱਚ ਆਦੇਸ਼ ਦਿੱਤੇ ਗਏ ਸਨ ਕਿ 7 ਫਰਵਰੀ ਸੋਮਵਾਰ ਤੋਂ ਪੰਜਾਬ ਵਿੱਚ ਸਕੂਲਾਂ ਸਮੇਤ ਸਿੱਖਿਆਕ ਸੰਸਥਾਨ ਖੁੱਲਣਗੇ ਸੋਮਵਾਰ ਸਵੇਰੇ ਫਾਸਵੇ ਨਿਊਜ਼ ਟੀਮ ਨੇ ਸਕੂਲਾਂ ਵਿੱਚ ਜਾ ਕੇ ਦੇਖਿਆ ਕਿ ਸੋਮਵਾਰ ਪਹਿਲੇ ਦਿਨ ਵਿਦਿਆਰਥੀ ਸਕੂਲਾਂ ਵਿੱਚ ਨਹੀਂ ਆਏ ਉੱਥੇ ਹੀ ਜ਼ਿਆਦਾਤਰ ਅਧਿਆਪਕ ਵੀ ਚੌਂ ਰਹ ਹਸਲ ਵਿੱਚ ਜਾਣਕਾਰਨ ਵੀ ਸਕੂਲਾਂ ਵਿੱਚ ਨਹੀਂ ਆਏ ਆਖਿਆ ਗਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਹਨ ਕਿਸੇ ਨਾਪ 6ਵੀਂ ਤੋਂ 12ਵੀਂ ਤੱਕ ਦੇ ਉਹੀ ਵਿਦਿਆਰਥੀ ਸਕੂਲ ਆਉਣਗੇ ਜਿਨ੍ਹਾਂ ਨੂੰ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲੱਗੀ ਹੋਈ ਹੈ ਸਕੂਲਾਂ ਵਿੱਚ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਪੜ੍ਹਾਈ ਹੋਏਗੀ ਹੁਣ ਦੇਖਣਾ ਇਹ ਹੋਏਗਾ ਕਿ ਸਕੂਲਾਂ ਵਿੱਚ ਨਿਯਮਤ ਪੜ੍ਹਾਈ ਕਦੋਂ ਸ਼ੁਰੂ ਹੋਏਗੀ ਅੱਜ ਸਰ ਸਕੂਲ ਸਾਡੇ ਰੀਓਪਨ ਹੋਏ ਨੇ ਕਾਫੀ ਦੇਰ ਬਾਅਦ ਤੇ ਸਾਨੂੰ ਕੱਲ ਮੈਸੇਜ ਇਹਦਾ ਮਿਲ ਗਿਆ ਹੋਇਆ ਸੀ ਕਿ ਗਵਰਨਮੈਂਟ ਦੀਆਂ ਗਾਈਡਲਾਈਨਜ਼ ਇਹ ਹੀ ਨੇ ਕਿ ਸਕੂਲਸ ਤੇ ਬਾਕੀ ਐਜੂਕੇਸ਼ਨਲ ਇੰਸਟੀਚਿਊਟ ਖੁੱਲ ਰਹੇ ਨੇ ਤੋ ਉਹ ਮੈਸੇਜ ਅਸੀਂ ਸਾਰੇ ਬੱਚਿਆਂ ਤੱਕ ਪਹੁੰਚਾ ਚੁੱਕੇ ਹਾਂ ਸਟਾਫ ਸਾਡਾ ਆਲਰੇਡੀ ਆ ਰਿਹਾ ਸੀ ਉਹਨਾਂ ਗਾਈਡਲਾਈਨਸ ਦੇ ਵਿੱਚ ਜਿਨ੍ਹਾਂ ਬੱਚਿਆਂ ਨੂੰ ਵੈਕਸੀਨੇਸ਼ਨ ਦੀ ਇੱਕ ਡੋਜ਼ ਲੱਗ ਚੁੱਕੀ ਹੈ ਉਹ ਬੱਚਿਆਂ ਨੇ ਸਕੂਲ ਆਣਾ ਹੈ ਆਨਲਾਈਨ ਤੇ ਆਫਲਾਈਨ ਦੋਨੋਂ ਮੋਡਸ ਦੇ ਵਿੱਚ ਐਜੂਕੇਸ਼ਨ ਸਾਡੀ ਚੱਲਦੀ ਰਹੇਗੀ 댓 ਮੀਨਸ ਕਿ ਸਕੂਲ ਦੇ ਵਿੱਚ ਵੀ ਕਲਾਸਿਸ ਲੱਗਣਗੀਆਂ ਔਰ ਟੀਚਰਸ ਆਨਲਾਈਨ ਵੀ ਬੱਚਿਆਂ ਨੂੰ ਨਾਲ ਦੇ ਨਾਲ ਪੜ੍ਹਾਉਂਦੇ ਰਹਿਣਗੇ ਪੈਰਲਲੀ ਅਸੀਂ ਇਸ ਹਾਲਾਤ ਦੇ ਵਿੱਚ ਕਿਸੇ ਬੱਚੇ ਨੂੰ ਕੰਪੈਲ ਨਹੀਂ ਕਰ ਸਕਦੇ ਆਉਣ ਵਾਸਤੇ ਬਟ ਬੱਚਿਆਂ ਨੂੰ ਸਾਡੇ ਅਧਿਆਪਕ ਮੋਟੀਵੇਟ ਕਰ ਰਹੇ ਨੇ ਕਿ ਉਹ ਸਕੂਲ ਦੇ ਵਿੱਚ ਆਉਣ ਤਾਂ ਕਿ ਪੜ੍ਹਾਈ ਦਾ ਕੰਮ ਜਿਹੜਾ ਉਹ ਬਹੁਤ ਵਧੀਆ ਚੱਲ ਸਕੇ ਜੀ ਸਰ ਜਿਸ ਤਰ੍ਹਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਰਿਹਸ ਇਲੈਕਸ਼ਨ ਜਿਹੜੀਆਂ ਨੇ ਉਹ 20 ਫਰਵਰੀ ਨੂੰ ਹੋਣ ਜਾ ਰਹੀਆਂ ਨੇ ਉਹਦੇ ਕੰਸਰਨ 'ਚ ਅੱਜ ਰਿਹਸਲ ਹੈ ਤੇ ਮੇਰੇ ਲਗਭਗ 75-80 ਦੇ ਕਰੀਬ ਟੀਚਰਸ ਨੇ ਜਿਨ੍ਹਾਂ ਦੀ ਇਲੈਕਸ਼ਨ ਡਿਊਟੀ ਲੱਗੀ ਹੋਈ ਹੈ ਔਰ ਉਹ ਸਾਰੇ ਆਪਣੀ ਰਿਹਸਲਸ ਦੇ ਉੱਪਰ ਗਏ ਹੋਏ ਨੇ ਨਹੀਂ ਸਰ ਕੰਪਲਸਰੀ ਨਹੀਂ ਹੈ ਇਟਸ ਆਪਸ਼ਨਲ ਬੱਚਾ ਚਾਹੀਏ ਤੇ ਉਹ ਸਕੂਲ ਆ ਕੇ ਪੜ ਸਕਦਾ ਹੈ ਅਗਰ ਉਹ ਆਪਣੇ ਆਪ ਨੂੰ ਘਰ ਚ ਰੱਖ ਕੇ ਬੈਟਰ ਫੀਲ ਕਰਦਾ ਹੈ ਤੇ ਆਨਲਾਈਨ ਸਟੱਡੀ ਜਿਹੜੀ ਉਹ ਨਾਲ ਦੀ ਨਾਲ ਚਲਦੀ ਰਹੇਗੀ 6ਵੀਂ ਤੋਂ 12ਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਦੇ ਵਾਸਤੇ ਸਕੂਲ ਖੁੱਲ ਗਏ ਨੇ ਪਰੰਤੂ ਨਾਲ ਦੇ ਨਾਲ ਇੱਕ ਕਲੋਜ਼ ਲਿਖੀ ਹੋਈ ਹੈ ਕਿ 15 ਸਾਲ ਤੋਂ ਵੱਧ ਉਮਰ ਦੇ ਜਿਹੜੇ ਬੱਚੇ ਨੇ 15 ਤੋਂ 18 ਸਾਲ ਦੇ ਜਿਨ੍ਹਾਂ ਦੀ ਵੈਕਸੀਨੇਸ਼ਨ ਪਹਿਲਾਂ ਨਹੀਂ ਹੋਈ ਸੀ ਉਹਨਾਂ ਦੀ ਹੁਣ ਵੈਕਸੀਨੇਸ਼ਨ ਕਰਵਾਈ ਜਾਵੇ ਔਰ ਇੱਕ ਡੋਜ਼ ਲੱਗੇ ਹੋਏ ਬੱਚੇ ਹੀ ਆਣਗੇ ਔਰ ਉਹਦੇ ਵਾਸਤੇ ਮੈਂ ਨਾਲ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਡੀਓ ਸਰ ਦੀ ਗਾਈਡਲਾਈਨ ਦੇ ਅੰਡਰ اور ਹੈਲਥ ਡਿਪਾਰਟਮੈਂਟ ਦੀ ਐਫਰਟ ਦੇ ਨਾਲ ਵੈਕਸੀਨੇਸ਼ਨ ਦੇ ਵਾਸਤੇ ਕੈਂਪ ਵੀ ਸਕੂਲ ਚ ਲੱਗ ਰਹੇ ਨੇ ਕਾਫੀ ਬੱਚਿਆਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ ਗਵਰਨਮੈਂਟ ਇਸ ਕੱਲ ਦੀ ਐਫਰਟ ਕਰ ਰਹੀ ਹੈ ਕਿ ਬੱਚਿਆਂ ਨੂੰ ਵੈਕਸੀਨੇਸ਼ਨ ਵੱਧ ਤੋਂ ਵੱਧ ਦੋਸ ਦਿੱਤੀ ਜਾਵੇ ਕੋਵਿਡ ਦੀ ਗਾਈਡਲਾਈਨਸ ਨੂੰ ਲੈ ਕੇ ਪੰਜਾਬ ਸਰਕਾਰ ਬੁਲੰਦੇਸ਼ ਜਾਰੀ ਕੀਤਾ ਗਿਆ ਸੀ ਕਿ 7 ਫਰਵਰੀ ਸੋਮਵਾਰ ਤੋਂ ਜਿਹੜੇ ਸਿੱਖਿਆ ਸੰਸਥਾਨ ਖੁੱਲਣਗੇ ਔਰ ਜਿਹੜੇ ਸਕੂਲਾਂ ਦੇ ਬੱਚੇ ਨੇ ਉਹ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚੇ ਸਕੂਲ ਆਣਗੇ ਪਰ ਅੱਜ ਦੇਖਿਆ ਗਿਆ ਕਿ ਬੱਚੇ ਸਕੂਲ ਆਏ ਨਹੀਂ ਔਰ ਦੂਜੇ ਪਾਸੇ ਜ਼ਿਆਦਾਤਰ ਜਿਹੜੇ ਟੀਚਰਸ ਨੇ ਉਹਨਾਂ ਦੀ ਡਿਊਟੀ ਇਲੈਕਸ਼ਨਾਂ ਕਰ ਲੱਗੀ ਹੋਣ ਕਰਕੇ ਪਹਿਲੀ ਰੈਸਲ ਤੇ ਜਾਣ ਕਰਨ ਟੀਚਰਸ ਵੀ ਸਕੂਲ 'ਚ ਨਹੀਂ ਇਹ ਦੇਖਣਾ ਹੋਵੇਗਾ ਕਿ ਇੱਕ ਪਾਸੇ ਦਾ ਟੀਚਰਸ ਦੀ ਡਿਊਟੀ ਲੱਗੀ ਹੈ ਉਹ ਦੂਜੇ ਪਾਸੇ ਇਹ ਆਦੇਸ਼ ਜਾਰੀ ਕੀਤਾ ਜਾਂਦਾ ਹੈ ਕਿ ਸਕੂਲ ਖੁੱਲਣਗੇ ਕੈਮਰਾਮੈਨ ਰਿਕਸ਼ ਕੁਮਾਰ ਸੰਦੀਪ ਛਾਲ ਫਾਸਟ ਨਾਮ ਸਰ